करता मेरे वचनों, अरे मेरा मन नहीं कितने यार। ਐਲੀਗੇਸ਼ਨ ਲਗਾਇਆ ਵੀ ਤੁਹਾਡਾ ਰੀਸੈਂਟਲੀ ਕੱਲ ਹੀ 30,000 ਰੁਪਏ ਤੁਸੀਂ ਕਿਸੇ ਪੁਲਿਸ ਵਾਲੇ ਦੇ ਅਕਾਊਂਟ 'ਚ ਡਿਪੋਜ਼ਿਟ ਕਰਵਾਇਆ, ਕੀ ਉਹ ਕਹਿ ਕੇ ਕਰਵਾਇਆ ਸੀ? ਕਹਿੰਦੇ ਪੈਸੇ ਚਾਹੀਦੇ ਆ ਮੈਨੂੰ, 30,000 ਰੁਪਇਆ ਮੈਨੂੰ ਬੜੀ ਜ਼ਰੂਰੀ, ਹੁਣ ਹੀ ਪਵਾ ਕੇ ਆਓ। ਓਕੇ, ਤੇ ਉਹ ਉਸੇ ਟਾਈਮ ਆਪਾਂ ਸ਼ਾਮ ਦੇ ਟਾਈਮ 5-6 ਵਜੇ ਜਾ ਕੇ ਟ੍ਰਾਂਸਫਰ ਕਰਾ ਕੇ ਆਏ ਆ। ਜਿਹਦੇ ਨਾਮ ਕੀ? ਜਿਹਦੇ ਨਾਮ? ਦੇਵ ਸਿੰਘ ਦੇ ਨਾਮ ਤੇ। ਇਹ ਕਿਉਂ ਤੁਹਾਡੀ? ਇਹ ਤਾਂ ਗੱਲ ਹੋਈ ਉਹ ਨਹੀਂ ਵੀ ਪੈਸੇ ਕਿਉਂ ਮੰਗ ਰਹੇ ਆ? ਜੇਲ੍ਹ ਦੇ ਵਿੱਚ ਪੈਸੇ ਦੀ ਕੀ ਲੋੜ ਪੈ ਗਈ? 30,000 ਰੁਪਇਆ ਇੱਕ ਛੋਟੀ ਰਕਮ ਨਹੀਂ ਹੁੰਦੀ ਜੀ? ਕੁਛ ਨਹੀਂ ਦੱਸਿਆ। ਤੁਹਾਨੂੰ ਕੀ ਲੱਗਦਾ ਕਿਤੇ ਉਹ ਅੰਦਰ ਪੁਲਿਸ ਵਾਲੇ ਇਸ ਚੀਜ਼ ਨੂੰ ਉੱਥੇ ਨਹੀਂ ਅੰਦਰ ਉਹ ਕਰਦੀ ਮਾਰ ਦਿੱਤਾ ਦਿਨ ਦੇ ਵਿੱਚ 22 ਘੰਟੇ ਬੰਦੀ ਉਹ ਵੀ ਬੰਦੀ ਰੱਖਦੇ ਖੋਲਦੇ ਨਹੀਂ ਆ ਸਾਰਾ ਦਿਨ ਸਾਰਾ ਦਿਨ ਤੇ 2 ਘੰਟੇ ਅੰਦਰ ਬੰਦ ਰਹਿੰਦਾ 4-4 ਦਿਨ ਫੋਨ ਕਰਾਉਂਦੇ ਆ ਉਹ ਵੀ ਰੋਂਦੇ ਹੀ ਬੱਚਿਆਂ ਕਰਕੇ ਰੋਂਦੇ ਹੀ ਕਿ ਮੈਨੂੰ ਇਹਨਾਂ ਨੇ ਮਾਰ ਦੇਣਾ ਆ ਮੈਨੂੰ ਮਾਰ ਦੇਣਾ ਆ ਮੈਨੂੰ ਲੱਗਦਾ ਆ ਮੈਨੂੰ ਲੱਗਦਾ ਵੀ ਪੁਲਿਸ ਵਾਲੇ ਆਪਸੀ ਰੰਜਿਸ਼ ਹੈ ਕਿ ਕੱਢੀ ਪੁਲਿਸ ਵਾਲੇ ਨੇ ਪੁਲਿਸ ਵਾਲੇ ਨਹੀਂ ਮਾਰ ਵਾਲੇ ਨੇ ਪਤਾ ਨਹੀਂ ਮੈਂ ਤਾਂ ਪਤਾ ਨਹੀਂ ਹਾਂਜੀ ਮੈਂ ਤਾਂ ਪੋਸਟਮਾਰਟਮ ਕਰਨ ਦਾ ਦਿਆਂ ਮੈਂ ਮੈਂ ਤਾਂ ਛੁੱਟੀ 'ਤੇ ਆਇਆ 10 ਵਜੇ, ਮੈਨੂੰ ਪਤਾ ਜੀ ਉਹ ਬੰਦੇ ਡਿਊਟੀ ਵਾਲੇ ਪੁੱਛਦੇ ਪੁੱਛੋ ਪਰ ਖੜੇ ਜੀ ਉਹ ਬੰਦੇ ਡਿਊਟੀ ਦੇ ਆਪਣਾ ਜੀ ਦੇਸ ਸਿੰਘ ਰਾਣਾ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾ ਆਚਾਰੀਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਸੰਪਰਕ ਕਰੋ 98 729 0 14 31।